ਸਾਈਡ ਤੋਂ ਖੜ ਕੇ ਤਾਂ ਬਹੁਤ ਜ਼ਬਰਦਸਤ, ਏਡਾ ਲੰਮਾ ਟਰੈਕਟਰ ਮੈਨੂੰ ਲੱਗਦਾ ਹੋਣਾ ਨੀ ਕੋਈ, ਹੈ ਨਾ, ਫਰੰਟ ਤੋਂ ਵੀ ਜੇ ਸ਼ੋ ਤੋਂ ਚੱਕ ਲਈ ਤਾਂ ਪਿੱਛੋਂ ਤੱਕ ਬਹੁਤ ਜ਼ਬਰਦਸਤ ਬਣ ਗਿਆ ਨਾ। ਆ ਸਾਰੀ ਨਵੀਂ ਲੁੱਕ ਦਿੱਤੀ ਹੈ ਜਰਾ, ਕਿਆ ਬਾਤਾਂ ਨੇ। ਤੇ ਇਹਨੂੰ ਹੁਣ ਆਪਾਂ ਇਹ ਕਹਿ ਲਈ ਕੰਪਨੀ ਵਾਲਾ ਜਿਵੇਂ ਕੰਪਨੀ ਨੇ ਦੇਣਾ, ਹੋ ਸਕਦਾ ਵੀ ਕੀ ਪਤਾ ਕਿੱਥੇ ਦੇਣਾ ਹੋਵੇ, ਅੱਜ 4x4 ਫਰੰਟ ਦੇਤਾ, ਹੈ ਨਾ। ਹਾਂ 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 ਠੀਕ ਹੈ। ਇੱਕ ਇਹ ਮੈਕ ਆ। ਹੈਲੋ ਹੈਲੋ, ਬੋਲਦਾ ਬਈ ਇਹ? ਹਾਂ ਬੋਲਦਾ ਬੋਲਦਾ ਜਮਾਂ ਬੋਲਦਾ ਹੈ ਜੀ। ਅੱਛਾ ਸਾਡਾ ਹੈਲੋ ਹੈਲੋ ਹੈਲੋ, ਇਹ ਕਾਦੇ ਵਾਸਤੇ ਕਿ ਇੱਕ ਬਸ ਸ਼ੌਂਕ ਹੀ ਇਹ ਦੱਸਣ ਵਾਸਤੇ ਬਈ, ਜੇ ਕੋਈ ਜਿਹਦੇ ਆਪਾਂ ਇਕੱਠ ਚ ਤੁਰੇ ਜਾਂਦੇ ਮੇਲੇ ਦੇ ਵਿੱਚ ਤੁਰੇ ਜਾਂਦੇ ਟਰੈਕਟਰ, ਚਲੋ ਇੱਕ ਸ਼ੌਂਕ ਹੀ ਨਾਟ ਕਰਨ ਟਰੈਕਟਰ ਹੁੰਦਾ 4x4 ਪਾਸੇ ਹੋ ਜੁਗਰਾ। ਚਲੋ ਇਹ ਵੀ ਸ਼ੁਕਲ ਵੇਲਾ ਸਾਈ ਦਾ ਜ਼ਰੂਰੀ ਆ। ਹਾਂਜੀ ਮਿੱਤਰੋ, ਆ ਜਾਓ ਆਪਾਂ ਅੱਜ ਫੇਰ ਆ ਗਏ ਬਾਈ ਸੁੱਖੇ ਕੋਲੇ, ਭਾਈ ਰੂਪੇ, ਤੇ ਸਾਰਿਆਂ ਨੂੰ ਪਤਾ ਹੋਣਾ ਟਰੈਕਟਰਾਂ ਤਾਂ ਖੜੀ ਆ 9-11, ਪਰ ਯਾਰ ਆਹ ਸਾਹਮਣੇ ਵਾਲਾ ਟਰੈਕਟਰ ਤੁਹਾਨੂੰ ਦਿਖਾਉਣੇ ਆ, ਇਹ ਉਹੀ ਆ ਟਰੈਕਟਰ ਜਿਹੜਾ ਆਪਾਂ ਪਹਿਲਾਂ ਵੀਡੀਓ ਪਾਈਆਂ ਸੀਗੀਆਂ, ਜਿਹੜਾ ਮਤਲਬ ਬਿਨਾਂ ਰੰਗ ਤੋਂ ਸੀਗਾ 4x4, ਅਤੇ ਅੱਜ ਕਿੱਥੇ ਲੈ ਕੇ ਚੱਲੇ ਆ। ਜੇ ਕਿਸੇ ਨੇ ਮੰਨ ਲਾ ਵੀ ਡੈਮੋ ਡੂਮੋ ਲੈਣੀ ਹੈ ਜਾਂ ਦੇਖਣਾ, ਉਹ ਵੀ ਗੱਲਬਾਤ ਕਰਦੇ ਹਾਂ ਵੀ ਕਿਵੇਂ ਕਰਾਊਗਾ ਡੈਮੋ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਹੈ ਜੀ? ਵਧੀਆ। ਅੱਜ ਤਾਂ ਪੂਰਾ ਹੈ, ਖੁਸ਼ ਆ ਬਾਈ, ਹੈ ਖੁਸ਼ ਹੋਣਾ ਹੀ ਆ ਯਾਰ। ਕਰ ਤਾਂ ਕੰਪਲੀਟ। ਹਾਂ ਹੋ ਗਿਆ ਤਾਂ ਕੰਪਲੀਟ। ਕੀ ਬਾਤਾਂ ਨੇ, ਅਤੇ ਬਹੁਤ ਸੋਹਣਾ ਲੱਗਦਾ ਬਾਈ ਯਾਰ। ਠੀਕ ਹੈ, ਥੈਂਕ ਯੂ। ਬਿਲਕੁਲ। ਅਤੇ ਕਿੱਧਰ ਦੀਆਂ ਤਿਆਰੀਆਂ ਪਹਿਲਾਂ ਤਾਂ ਸੰਗਤ ਨੂੰ ਦੱਸੀ ਜੀ? ਪਹਿਲਾਂ ਮੁਕਤਸਰ ਦੀਆਂ। ਆ ਜਾਓ। ਅੱਛਾ, ਸ੍ਰੀ ਮੁਕਤਸਰ ਸਾਹਿਬ ਚੱਲੇ ਹਾਂ ਮੇਲੇ ਤੇ। ਮੇਲੇ ਤੇ ਅੱਜ ਤਰੀਕ ਹੈਗੀ ਆ 12। 12 ਤਰੀਕ ਆ। ਹਾਂ ਅੱਜ ਹੀ ਚੱਲੇ ਆ, ਅੱਜ ਹੀ ਹੁਣ ਤੋਰਨਾ ਹੀ ਆ ਬਸ ਟਰੈਕਟਰ, ਬਸ ਤੋਰਦੇ ਆ ਹੁਣ। ਅੱਛਾ, ਮੈਨੂੰ ਤਾਂ ਸਾਰੇ ਤੁਸੀਂ ਉਹ ਬਾਈ ਹਰੇ ਪਿੱਛੇ ਬੈਠੇ ਲੱਗੇ ਪਏ, ਸਾਰੇ ਆਸੇ ਪਾਸੇ ਹੋਏ ਫਿਰਦੇ ਸੀ, ਹੈ ਨਾ। ਕੋਈ ਰਹਿੰਦਾ ਸੀ ਮਾੜਾ ਮੋਟਾ ਕੰਮ? ਇਹਦਾ ਕੰਮ ਰਹਿੰਦਾ ਸੀ? ਰਹਿੰਦਾ, ਹਾਂ ਕੰਮ ਬਹੁਤ ਰਹਿੰਦਾ ਸੀ। 4 ਦਿਨ ਹੋ ਗਏ ਸਾਨੂੰ ਲਗਾਤਾਰ ਲੱਗਣ ਨੂੰ, 5-6 ਜਾਣੇ ਲਗਾਤਾਰ ਹੀ ਸੀਗੇ। ਠੀਕ ਹੈ, ਸਾਰਾ ਕੰਮ ਆ 3-4 ਦਿਨਾਂ 'ਚ ਕੀਤਾ ਸਾਰਾ ਟੋਟਲ। ਠੀਕ ਹੈ। ਇੱਕ ਤਾਂ ਯਾਰ ਬਾਈ ਐਂ ਦੱਸ, ਚੱਲ ਹੋਰ ਗੱਲਾਂ ਦੀਆਂ ਗੱਲਾਂ, ਆਪਾਂ ਮੰਨ ਲਓ ਵੀ ਚਲੋ ਤੁਹਾਡੇ ਕੋਲ ਟਰੈਕਟਰ ਤਿਆਰ ਕਰਾਉਣ ਆਉਂਦੇ ਸੀ, ਹੈ ਨਾ, ਜਿਵੇਂ ਭਰਾਵਾਂ ਦੇ ਤੁਸੀਂ ਟਰੈਕਟਰ ਤਿਆਰ ਕਰਕੇ ਦਿੱਤੇ, ਅੱਜ ਤੁਹਾਡਾ ਆਪਦਾ ਟਰੈਕਟਰ ਤਿਆਰ ਹੋਇਆ, ਮੈਨੂੰ ਉਹ ਫੀਲਿੰਗ ਦੱਸ ਵੀ ਕਿਵੇਂ ਲੱਗਦਾ? ਫੀਲਿੰਗ ਤਾਂ ਯਾਰ ਪਤਾ ਹੀ ਨਹੀਂ, ਪੁੱਛੀ ਨਾ ਯਾਰ, ਹੈਂ ਪੁੱਛੀ ਨਾ। ਅੱਜ ਤਾਂ ਖੁਸ਼ੀ ਹੁੰਦੀ ਹੈ ਨਾ ਆਪਦੀ ਚੀਜ਼, ਹੈ ਨਾ, ਵੀ ਆਹ ਯਾਰ ਬਣ ਗਈ, ਆਪਾਂ ਵੀ ਬਣਾਤੀ, ਹੈ ਨਾ। ਵੱਡੀ ਖੁਸ਼ੀ ਤਾਂ ਇਹ ਆ ਵੀ ਜਿਹੜੇ ਆਪਣਾ ਨਹੀਂ ਸੀ ਯਾਰ ਇੰਨਾ ਟਰੈਕਟਰ ਤਿਆਰ ਕਰ ਲਾਂਗੇ ਆਪਾਂ। ਤੇ ਯਾਰ ਬਾਈ ਜੇ ਦੇਖੀਏ ਇਧਰਲੀ ਸਾਈਡ ਤੋਂ ਖੜ ਕੇ ਤਾਂ ਬਹੁਤ ਜ਼ਬਰਦਸਤ, ਏਡਾ ਲੰਮਾ ਟਰੈਕਟਰ ਮੈਨੂੰ ਲੱਗਦਾ ਹੋਣਾ ਨਹੀਂ ਕੋਈ, ਹੈ ਨਾ, ਫਰੰਟ ਤੋਂ ਵੀ ਜੇ ਸ਼ੋ ਤੋਂ ਚੱਕ ਲਈ ਤਾਂ ਪਿੱਛੋਂ ਤੱਕ ਬਹੁਤ ਜ਼ਬਰਦਸਤ ਬਣ ਗਿਆ ਨਾ। ਆ ਤੁਹਾਨੂੰ ਆ ਸਾਰੀ ਨਵੀਂ ਲੁੱਕ ਦਿੱਤੀ ਹੈ ਜਰਾ, ਕਿਆ ਬਾਤਾਂ ਨੇ। ਤੇ ਇਹਨੂੰ ਹੁਣ ਆਪਾਂ ਇਹ ਕਹਿ ਲਈ ਕੰਪਨੀ ਵਾਲਾ ਜਿਵੇਂ ਕੰਪਨੀ ਨੇ ਦੇਣਾ, ਹੋ ਸਕਦਾ ਵੀ ਕੀ ਪਤਾ ਕਿੱਥੇ ਦੇਣਾ ਹੋਵੇ, ਅੱਜ 4x4 ਫਰੰਟ ਦੇਤਾ, ਹੈ ਨਾ। ਹਾਂ 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 ਠੀਕ ਹੈ। ਇੱਕ ਇਹਦੀ ਜਿਹੜੀ ਮੱਥੇ ਵਾਲੀ ਲੁੱਕ ਆ ਬਾਈ ਬਹੁਤ ਜ਼ਬਰਦਸਤ ਲੱਗੀ, ਇਹ ਵੀ ਬਾਈ ਮਾੜੀ ਮੋਟੀ ਕਰ ਲਈ ਜਦੋਂ ਆ ਸਾਈਡਾਂ ਤੇ, ਪਹਿਲਾਂ ਮੈਂ ਲਾਉਣੀ ਨਹੀਂ ਸੀ ਇਹ ਫੱਟੀ ਜੀ। ਅੱਛਾ, ਇਹ ਕਿਸੇ ਵੀਰ ਦੀ ਟਰੈਕਟਰ ਤੇ ਲਾਈ ਵੀ ਸੀ ਆਪਾਂ, ਫਿਰ ਮੈਨੂੰ ਲੱਗਦਾ ਬਾਈ ਨੇ, ਹਾਂ ਉਹ ਬਾਹਰ ਭੇਜਿਆ ਹੋਇਆ ਟਰੈਕਟਰ। ਹਾਂ ਉਹ ਦੇਖ ਕੇ ਫਿਰ ਆਪਾਂ ਮੈਂ ਚੱਲ ਮਤਲਬ ਇਹ ਜਿਹੜੀ ਲੁੱਕ ਆ ਬਹੁਤ ਸੋਹਣੀ ਲੱਗਦੀ ਆ ਲਾਈਟਾਂ ਦੇ ਵਿਚਾਲੇ, ਜਿਵੇਂ ਆਪਾਂ ਕਹਿੰਦੇ ਨਾ ਟੋਪੀ ਟਾਈਪ ਦਿੱਤੀ ਹੁੰਦੀ ਆ ਮੂਰੇ ਚੀਜ਼ ਤੋਂ, ਟਿੱਕਾ ਜਿਹਾ, ਟਿੱਕਾ ਜਿਹਾ ਲੱਗਿਆ ਹੁੰਦਾ ਹੈਗਾ। ਤੇ ਹੁਣ ਮੈਨੂੰ ਐਂ ਦੱਸੋ ਵੀ ਆਪਾਂ ਜਾ ਰਹੇ ਹਾਂ, ਅੱਜ 12 ਤਰੀਕ ਹੋ ਗਈ ਸ੍ਰੀ ਮੁਕਤਸਰ ਸਾਹਿਬ, ਹਾਂਜੀ, ਤੇ ਇਹ ਕਿੱਥੇ ਲੈ ਕੇ ਜਾ ਰਹੇ ਹੋ ਉੱਥੇ ਮੇਲੇ ਦੇ ਵਿੱਚ? ਮੁਕਤਸਰ ਬੱਸ ਸਟੈਂਡ ਦੇ ਤੇ ਪੰਪ ਦੇ ਸਾਹਮਣੇ ਚ ਖੜੂਗਾ ਟਰੈਕਟਰ, ਜਿੱਥੇ ਮੰਨ ਕੇ ਚੱਲ ਕਿਸਾਨਾਂ ਦਾ ਜਿਵੇਂ ਇੰਪਲੀਮੈਂਟ ਆ ਜਿਹੜੇ ਟਰੈਕਟਰ ਖੜਦੇ ਹੁੰਦੇ ਆ ਨਵੇਂ, ਉੱਥੇ ਚੱਲਿਆ? ਹਾਂ ਬਸ ਉੱਥੇ ਜੀ ਆ ਜਿੱਥੇ ਮੇਲਾ ਮਤਲਬ ਕਾਫੀ ਖੜੇ ਹੁੰਦੇ ਆ, ਉੱਥੇ ਸਟਾਲ ਹੋਊਗਾ ਆਪਣੀ? ਉੱਥੇ ਸਟਾਲ ਆ ਆਪਣੀ। ਕੀ ਸਟਾਲ ਦਾ ਨੰਬਰ ਪਤਾ ਜਾਂ ਉੱਥੇ ਵੈਸੇ ਹੀ ਦਿਖ ਜੂਗਾ? ਉਹ ਮੇਲੇ ਚ ਦਿਖ ਜੂਗਾ, 9-11 ਖੜਾ ਆਪਣਾ। ਹਾਂ ਪੰਪ ਦੇ ਤੇ ਬੱਸ ਸਟੈਂਡ ਦੇ ਸਾਹਮਣੇ ਹੀ ਜਾ ਬਸ। ਠੀਕ ਹੈ, ਤੇ ਬਾਕੀ ਆਹਾ ਫਿਰ ਸਾਹਮਣੇ ਜਿਹੜੀ ਆ ਉਹ ਲਾਤੀ ਬਾਰ ਹੈ ਬਾਈ, ਬਾਰ ਲਾਤੀ HMT ਨਹੀਂ, 9-11 4x4 ਹੈ ਨਾ, ਰੂਪ ਐਗਰੋ। ਠੀਕ ਹੈ, ਤੇ ਇਹ ਜਿਹੜੀ ਡਾਊਨ ਸੀਲਿੰਗ ਆ ਬਾਈ ਰੰਗ ਆ, ਹਾਂਜੀ ਇੱਥੇ ਕਰਿਆ ਸਾਰਾ ਇਸ ਵਾਰ ਤੁਸੀਂ? ਸਾਰਾ ਐਸ ਐਤਕੀ ਇੱਥੇ ਕਰਿਆ ਸਾਰਾ। ਠੀਕ ਆ, ਤੇ ਪਹਿਲਾਂ ਕਰਵਾਉਣਾ ਡਾਊਨ ਸੀਲਿੰਗ ਦਾ ਵੀ? ਡਾਊਨ ਸੀਲਿੰਗ ਦੀ ਗੱਲਬਾਤ ਆ ਬਾਈ, ਇਹਨੇ ਆਪਦਾ ਟਰੈਕਟਰ ਦੀ ਜਿਹੜੀ ਉਹ ਪਹਿਲਾਂ ਇੱਕ ਸੀਗਾ ਤਿਆਰ ਕਰਕੇ ਦਿੱਤਾ ਮੈਨੂੰ ਲੱਗਦਾ, ਹੈ ਨਾ, ਰਿਸ਼ਤੇਦਾਰੀ, ਹੈ ਨਾ, ਉਹੀ ਉਹਦੀ ਲਾਈ ਆ ਫੋਟੋ ਲੈ ਕੇ ਸੀ ਆਪਾਂ। ਅੱਛਾ ਅੱਛਾ ਠੀਕ ਹੈ ਠੀਕ ਹੈ, ਉਹਦੀ ਫੋਟੋ। ਅੱਛਾ, ਇਹਦੇ ਵਿੱਚ ਬਾਈ ਤੁਸੀਂ ਆਮ ਦੇਖਦੇ ਆ ਰੇਡੀਅਲ ਟਾਇਰ ਨਹੀਂ ਪਵਾਏ, ਹੈ ਨਾ, ਦੂਜੇ ਪਾਏ 4x4 ਕਰਕੇ।
ਅੱਛਾ ਚੱਕਰਾਂ ਦਾ ਵੀ ਹੋ ਜਾਂਦਾ ਜਾਂ ਕੁਝ ਵੀ ਰੇਡੀਅਲ ਨਹੀਂ ਪੈਂਦੇ 4x4 ਦੇ ਫਿਰ ਜ਼ੋਰ ਵੀ ਵੱਧ ਜਾਂਦਾ ਨਾ ਵੰਡਿਆ ਜਾਂਦਾ ਡਿਵਾਈਡ ਵੀ ਹੋ ਜਾਂਦਾ ਹਨਾ ਤੇ ਇੰਡੀਕੇਟਰ ਇੰਡੀਕੇਟਰ 16 ਦੇ 16 ਸਾਲ ਇਹ ਵੀ ਜਾਜਦੇ ਆ ਨਾ ਪੂਰੇ ਜਮਾ ਆ ਦੇਖੋ ਉਵੇਂ ਚੱਲਦੇ ਸਾਰੇ ਵਾਕਿੰਗ ਕਰਦੇ ਆ ਨਾ ਲਾਈਟਿੰਗ ਤਿੰਨ ਆਪਸ਼ਨਾਂ ਹੁੰਦੀਆਂ ਇਹਦੇ ਚ ਆ ਆ ਗਿਆ ਰੈੱਡ ਵਾਲੀ ਆ ਤੇ ਆ ਵਾਈਟ ਵਾਲੀ ਆ ਗਈ ਆ ਤੇ ਯੈਲੋ ਜੀ ਆ ਨਾ ਲਾਈਟ ਬਹੁਤ ਜ਼ਬਰਦਸਤ ਪੂਰੇ ਵੀ ਸਾਰਾ ਕੁਝ ਬਾਈ ਦੀ ਮੂਸੇ ਵਾਲੀ ਦੀ ਫਿਰ ਫੋਟੋ ਬਹੁਤ ਵਧੀਆ ਹਨਾ ਜੱਚਦੀ ਆ ਗਿਣਤੀ ਦੇ ਦੇਣੀ ਜਿਉਂਦੇ ਜਗਤੇ ਹਨਾ ਅੰਤ ਨੂੰ ਤਰੱਕੀ ਜਿਹਦੀ ਵਾਰੀ ਬਣਦੀ ਜ਼ਬਰਦਸਤ ਘੈਂਟ ਗੱਲਬਾਤ ਹੈ ਕੋਈ ਬੰਦਾ ਦੇਖ ਵੀ ਸਕਦਾ ਜਦੋਂ ਮਰਜ਼ੀ ਆ ਕੇ ਉੱਥੇ ਦੇਖੇ ਠੀਕ ਹੈ ਮੁਕਸਰ ਠੀਕ ਹੈ ਠੀਕ ਹੈ ਹਾਂ ਵੀ ਉੱਥੇ ਇਸੇ ਕਰਕੇ ਹੀ ਲੈ ਕੇ ਜਾਣਾ ਨਿਕਲੇ ਦੇਣੇ ਉੱਥੇ ਬਸ ਟ੍ਰਾਇਲ ਆਪਾਂ ਇੱਥੇ ਦੇਵਾਂਗੇ ਭਾਈ ਹਾਂ ਵੀ ਆਏ ਨਾ ਕਿਉਂ ਵੀ ਉੱਥੇ ਡੈਮੋ ਹੋਣਗੇ ਵੀ ਆਪਾਂ ਚਲਾ ਕੇ ਦੇਖ ਸਕਦੇ ਉੱਥੇ ਦੇਖ ਸਕਦੇ ਆ ਚੀਜ਼ ਚਲਾ ਕੇ ਦੇਖ ਸਕਦੇ ਆ ਪਰ ਉੱਥੇ ਹਲ ਪਾ ਕੇ ਚਲਾ ਕੇ ਨਹੀਂ ਹਾਂ ਉਹ ਤਾਂ ਵੀ ਮੇਲਾ ਹੋ ਗਿਆ ਨਾ ਵੀ ਉਹਦੇ ਵਿੱਚ ਤੇ ਸ਼ੋ ਵਗੈਰਾ ਬਾਈ ਚੱਕੋਗੇ ਮੜੀ ਦਿਖਾਓਗੇ ਇਹਦੇ ਵਿੱਚ ਵੀ ਕੀ ਕੁਛ ਕਰਿਆ ਹੋਇਆ ਚੱਕ ਦੇ ਸਾਈਡ ਵਾਲਾ ਹੀ ਆ ਨਾ ਇਹ ਹਾਂ ਉਵੇਂ ਆ ਠੀਕ ਹੈ ਤੁਹਾਡਾ ਲੌਕ ਖੁੱਲ ਗਿਆ ਹਾਂ ਲੌਕ ਖੁੱਲ ਗਿਆ ਲਓ ਜੀ ਕਰੋ ਦਰਸ਼ਨ ਤੇ ਸ਼ੋ ਵਗੈਰਾ ਚੱਕੀ ਗਈ ਆ ਸਾਰੀ ਅਤੇ ਇੰਜਨ ਵਗੈਰਾ ਤਾਂ ਇਹਦਾ ਹੁਣ ਈਡੀਆਈ ਹੋਇਆ ਹੋਇਆ ਹੈਗਾ ਟਰਮ 3 ਦੇ ਵਿੱਚ ਅਤੇ ਆਹ ਕੀ ਚੀਜ਼ ਲਾਈ ਹੈ ਬਾਈ ਇਹ ਮੈਕ ਆ ਹੈਲੋ ਹੈਲੋ ਬੋਲਦਾ ਬਾਈ ਹਾਂ ਬੋਲਦਾ ਬੋਲਦਾ ਜਮਾਂ ਬੋਲਦਾ ਹੈ ਹੈਲੋ 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 ਇਹ ਕਾਹਦੇ ਵਾਸਤੇ ਕਿ ਇੱਕ ਬਸ ਸ਼ੌਂਕ ਇਹ ਦੱਸਣ ਵਾਸਤੇ ਬਈ ਜੇ ਕੋਈ ਜਿਹਦੇ ਆਪਾਂ ਇਕੱਠ 'ਚ ਤੁਰੇ ਜਾਂਦੇ ਮੇਲੇ ਦੇ ਵਿੱਚ ਤੁਰੇ ਜਾਂਦਾ ਟਰੈਕਟਰ ਚਲੋ ਇੱਕ ਸ਼ੌਂਕ ਹੀ ਟਰੈਕਟਰ ਆਉਂਦਾ 4x4 ਪਾਸੇ ਹੋ ਜਗਰਾ ਚਲੋ ਇਹ ਵੀ ਸ਼ੁਕਲ ਵੇਲਾ ਚਾਹੀਦਾ ਜ਼ਰੂਰੀ ਆ ਮਾੜਾ ਮੋਟਾ ਚੱਲਦਾ ਇਹਨਾਂ ਦਾ ਤੇ ਹੁਣ ਐਂ ਹੁਣ ਤਾਂ ਨਹੀਂ ਕੋਈ ਕਮੀ ਰਹਿ ਗਈ ਬਈ ਸਾਰਾ ਕੰਮ ਤਿਆਰ ਜਮਾ ਓਕੇ ਆ ਜਮਾ ਠੀਕ ਆ ਹੁਣ ਐਂ ਕਹਿੰਦੇ ਡੈਮੋ ਵਾਲਾ ਜਮਾ ਡੈਮੋ ਵਾਲਾ ਹਾਂ ਬਸ ਇੱਥੇ ਹੀ ਰਹੂਗਾ ਇਹ ਆਪਣੇ ਕੋਲ ਹੀ ਆ ਕਿਤੇ ਇਹ ਤਾਂ ਨਹੀਂਗਾ ਕਿਤੇ ਵੀ ਕੋਈ ਆ ਗਿਆ ਤੇ ਭਾਈ ਮੈਂ ਸੇਲ ਕਰ ਦੂੰਗਾ ਨਹੀਂ 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 ਹਾਂ ਸੇਲ ਦਾ ਤਾਂ ਹਜੇ ਸੋਚਿਆ ਨਹੀਂ ਹਜੇ ਤਾਂ ਪਹਿਲਾਂ ਆਪ ਹੀ ਆ ਠੀਕ ਹੈ ਆਪ ਹੀ ਤਿਆਰ ਕਰਨਾ ਠੀਕ ਹੈ ਹਾਂ ਤੇ ਲਓ ਜੀ ਸ਼ੋ ਕਰਤੀ ਹੈ ਲੱਗਦੀ ਓਕੇ ਆ ਤੇ ਬਾਕੀ ਆ ਸਾਰਾ ਹੁਣ ਕੰਪਲੀਟ ਆ ਟਾਇਰ ਟੂਰ ਪੈ ਚੁੱਕੇ ਆ ਬਾਕੀ ਬਾਈ ਕੋਲੇ ਟਰੈਕਟਰ ਇੱਧਰ ਵੀ ਖੜੇ ਆ ਟਰੈਕਟਰ ਬਹੁਤ ਖੜੇ ਟਰੈਕਟਰ ਉਧਰ ਗੜਾਉਂ ਚ ਖੜੇ ਆਪਣੇ ਅੱਛਾ ਉਧਰ ਵੀ ਆ ਗਏ ਟਰੈਕਟਰ ਖੜੇ ਹਾਂ 4x4 ਹੁਣ ਵਾਸਤੇ ਹੁਣ ਤੱਕ ਕਿੰਨੇ ਆ ਗਏ ਦੋ ਤਿੰਨ ਤਾਂ 4x4 ਵਾਲੇ ਆ ਠੀਕ ਆ ਤੇ ਹੁਣ ਕੰਮ ਫਿਰ ਸ਼ੁਰੂ ਕਰ ਦੇਣਾ ਮੈਂ ਕਰ ਦੇਣਾ ਕੀਤਾ ਵਾ ਸ਼ੁਰੂ ਠੀਕ ਆ ਹਾਂ ਲੈ ਵੀ ਕੋਈ ਆਪਾਂ ਇਹਦੇ ਬਾਰੇ ਹੁਣ ਸਾਰੀ ਜਾਣਕਾਰੀ ਤਾਂ ਦੇ ਚੁੱਕੇ ਆ ਹਨਾ ਕਦੋਂ ਕੰਮ ਕੀਤਾ ਸੀ ਪਰ ਇਹ ਵੀਡੀਓ ਆਪਣਾ ਮਕਸਦ ਇਹ ਆ ਵੀ ਜੇ ਕਿਸੇ ਭਰਾ ਨੇ ਦੇਖਣਾ ਮੁਕਤਸਰ ਸਾਹਿਬ ਮੇਲੇ 'ਤੇ ਤੁਸੀਂ ਪਹੁੰਚ ਜਿਓ ਹਨਾ ਉੱਥੇ ਜਿੱਥੇ ਟਰੈਕਟਰ ਜ਼ਿਆਦਾ ਹੁੰਦੇ ਆ ਬੱਸ ਸਟੈਂਡ ਕੋਲ ਪੰਪਾਂ ਕੋਲ ਉੱਥੇ ਟਰੈਕਟਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਅਤੇ ਆਹ ਦੇਖ ਲਓ ਸਾਰਾ ਸਿਸਟਮ ਤੁਹਾਡੇ ਸਾਹਮਣੇ ਆ ਲਾਈਟਿੰਗ ਲੂਟਿੰਗ ਲਾ ਕੇ ਇਹਨਾਂ ਨੇ ਆਪਦਾ ਜਿਹੜਾ ਆਪਦੇ ਵਾਸਤੇ ਟਰੈਕਟਰ ਤਿਆਰ ਕੀਤਾ ਬਾਕੀ ਟਰੈਕਟਰ ਤਾਂ ਤੁਹਾਨੂੰ ਪਤਾ ਸਾਰੇ ਪਲੇਟਫਾਰਮ ਵਾਸਤੇ 4x4 ਵਾਸਤੇ ਟੈਂਕੀਆਂ ਵਾਲਾ ਜਾਂ ਕੋਈ ਹੋਰ ਵੀ ਆ ਉਹ ਸਾਰੇ ਆਉਂਦੇ ਰਹਿੰਦੇ ਬਈ ਹੋਰ ਕੋਈ ਗੱਲਬਾਤ ਬਸ ਬਈ ਹੋਰ ਗੱਲਬਾਤ ਆਪਾਂ ਪਹੁੰਚੇ ਉੱਥੋਂ ਬਾਅਦ ਤੋਂ ਬਾਅਦ ਮੁਕਤਸਰ ਸਾਹਿਬ ਠੀਕ ਹੈ ਉੱਥੇ ਦਿਖਾਵਾਂਗੇ ਉੱਥੇ ਸਟਾਲ ਤੇ ਲੱਗਿਆ ਹੋਇਆ ਜੀ ਬਾਕੀ ਹੁਣ ਦੱਸਿਓ ਵੀ ਆਹ ਲੁੱਕ ਕਿਵੇਂ ਲੱਗਦੀ ਆ ਉਹ ਤਾਂ ਤੁਸੀਂ ਕਹਿ ਦਿੰਦੇ ਹੈ ਨਾ 65x2 ਆ ਬਾਈ 65x2 ਆ ਅੱਛਾ ਇਹ ਵੀ ਹੁਣ ਤੁਹਾਡਾ ਚਲੋ ਇਹ ਆਈਡੀਆ ਹੀ ਹੋ ਗਿਆ ਹੁਣ ਟੈਂਕੀ ਵੀ ਆ 69x11 ਨੂੰ ਬਾਂਦੀ 65x2 ਬਣਾ ਲਓ ਜਾਂ 65x2 ਨੂੰ 69x11 ਬਣਾ ਲਓ ਇੱਕ ਗੱਲ ਹੀ ਆ ਮਿਲਦੇ ਜੁਲਦੇ ਬਸ ਇਹਦਾ ਕੀ ਸੀਗਾ ਭਾਰਤ ਸਟੇਜ 2 ਸੀਗੀ ਤੇ ਇਹ 3 ਹੋ ਗਿਆ ਸੀਗਾ ਬਸ ਇਹੀ ਫਰਕ ਆ ਹੁਣ ਇਹ 3 ਕੀਤਾ ਹੋਇਆ ਹੈੱਡ ਬਦਲ ਕੇ ਤੇ ਆਹ ਚੀਜ਼ ਆ ਤੇ ਕਮੈਂਟ ਕਰਕੇ ਦੱਸਿਓ ਬਈ ਹੁਣ ਜੱਜਦਾ ਟਰੈਕਟਰ ਠੀਕ ਆ ਤੇ ਬਾਕੀ ਬਈ ਸਪੋਰਟ ਕਰਿਆ ਕਰੋ ਹਨਾ ਜੇ ਕੋਈ ਮਿਹਨਤ ਕਰਦਾ ਯਾਰ ਵੱਡੀ ਗੱਲ ਆ ਵੀ ਮੈਂ ਆਹ ਕਰ ਦੂੰ ਮੈਂ ਕਰ ਦੂੰਗਾ ਯਾਰ ਜੋ ਕੋਈ ਕਰਦਾ ਅਗਲਾ ਕਿਸੇ ਨੂੰ ਕੋਈ ਨਹੀਂ ਚੈਲੰਜ ਨਾ ਕਰਿਆ ਕਰੋ ਕਰਕੇ ਦਿਖਾਇਆ ਕਰੋ ਸੋ ਵਧੀਆ ਗੱਲ ਆ ਯਾਰ ਰਲ ਮਿਲ ਕੇ ਰਿਹਾ ਕਰੋ ਸੋ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ